ਦੋਸਤੋ, ਜਿਵੇਂ ਕਿ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਅਸੀਂ ਤੁਹਾਨੂੰ ਦੱਸਿਆ ਸੀਗਾ ਕਿ ਅੱਜ ਸਾਡੇ ਨਾਲ ਦੂਰਦਰਸ਼ਨ ਦੇ ਇਸ ਵਿਹੜੇ ਵਿੱਚ ਇੱਥੇ ਮੌਜੂਦ ਨੇ ਉਹ ਦਰਸ਼ਕ ਜਿਹੜੇ ਕਿ ਦੂਰਦਰਸ਼ਨ ਦੇ ਨਾਲ ਹਮੇਸ਼ਾ ਜੁੜੇ ਰਹੇ ਨੇ, ਆਪਣੀਆਂ ਮਿੱਠੀਆਂ ਚਿੱਠੀਆਂ ਦੇ ਰਾਹੀਂ ਜਾਂ ਫਿਰ ਆਪਣੀਆਂ ਫੋਨ ਕਾਲਸ ਰਾਹੀਂ ਉਹ ਸਾਨੂੰ ਲਗਾਤਾਰ ਫੀਡਬੈਕ ਦਿੰਦੇ ਰਹਿੰਦੇ ਨੇ ਅਤੇ ਉਹਨਾਂ ਦਾ ਪਿਆਰ ਸਾਨੂੰ ਮਿਲਦਾ ਰਹਿੰਦਾ। ਅਤੇ ਹੁਣ ਵਿਹਲਾ ਆ ਗਿਆ ਕਿ ਅਸੀਂ ਉਹਨਾਂ ਨੂੰ ਸਨਮਾਨਿਤ ਵੀ ਕਰੀਏ। ਬਿਲਕੁਲ ਬਿਲਕੁਲ ਜੀ। ਔਰ ਇਸ ਦੇ ਲਈ ਹੁਣ ਅਸੀਂ ਮੰਚ 'ਤੇ ਬੁਲਾਵਾਂਗੇ। ਦੱਸੋ ਜੀ, ਕਿਹਨਾਂ ਨੂੰ ਬੁਲਾਉਣਾ? ਡਾਕਟਰ ਓਮਕਰਜਤ ਸ਼ਰਮਾ ਜੀ, ਜਿਹੜੇ ਕਿ ਡਿਪਟੀ ਡਾਇਰੈਕਟਰ ਜਨਰਲ ਨੇ ਦੂਰਦਰਸ਼ਨ ਦੇ, ਔਰ ਨਾਲ ਹੀ ਮੈਂ ਸੱਦਾ ਦੇਵਾਂਗਾ ਅਸ਼ਤੀਸ਼ ਭਾਟੀਆ ਜੀ ਨੂੰ, ਉਹ ਸਟੇਜ ਦੇ ਉੱਪਰ ਆਉਣ, ਔਰ ਨਾਲ ਹੀ ਐਮ ਜੀ ਗੌਤਮ ਜਿਹੜੇ ਕਿ ਸੀਨੀਅਰ ਡਾਇਰੈਕਟਰ ਰਹਿ ਚੁੱਕੇ ਨੇ ਦੂਰਦਰਸ਼ਨ ਦੇ। ਸਰ, ਪਲੀਜ਼ ਤੁਸੀਂ ਐਸਕਾਰਟ ਕਰਕੇ ਇਹਨਾਂ ਨੂੰ ਲੈ ਕੇ ਆਓ। ਸੁਣਿਆ, ਮੈਂ ਸਭ ਤੋਂ ਪਹਿਲਾਂ ਸੱਦਾ ਦੇਵਾਂਗਾ ਇਕਬਾਲ ਹਠੂਰ ਜੀ ਨੂੰ ਕਿ ਉਹ ਸਟੇਜ ਦੇ ਉੱਪਰ ਆਉਣ ਤੇ ਉਹਨਾਂ ਨੂੰ ਸਨਮਾਨਿਤ ਕਰਨਗੇ ਐਮ ਜੀ ਗੌਤਮ। ਐਮ ਜੀ ਗੌਤਮ ਜੀ, ਰੰਗ ਬਿਰੰਗੀ ਦੁਨੀਆਂ ਦਾ ਹੈ ਚਾਰ ਦਿਨਾਂ ਦਾ ਮੇਲਾ, ਸੋਹਣੇ ਮੁੱਖ ਤੋਂ ਲਾਹ ਉਦਾਸੀ ਛੱਡ ਕੇ ਜਗਤ ਝਮੇਲਾ, ਚਿੰਤਾ ਚਿਖਾ ਸਮਾਨ ਦੋਸਤੋ ਰੋਗ ਨਾ ਡਾਢਾ ਲਾਈਏ, ਨਵੇਂ ਸਾਲ ਦੇ ਜਸ਼ਨਾਂ ਦੇ ਨਾਲ ਡੀ ਡੀ ਪੰਜਾਬੀ ਦੇ ਨਾਲ ਆਓ ਨੱਚੀ ਗਾਈਏ। ਅਗਲਾ ਸੱਦਾ